ਦੇਸ਼ ਭਰ ਦੇ ਵਿੱਚ ਅੱਜ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 17ਵੀਂ ਲੋਕ ਸਭਾ ਲਈ ਪਈਆਂ ਪਿਛਲੇ ਦਿਨਾਂ ਦੇ 7 ਫੇਜ਼ ਦੇ ਵਿੱਚ ਵੋਟਿੰਗ ਤੋਂ ਬਾਅਦ ਅੱਜ ਹੁਣ ਕਾਊਂਟਿੰਗ ਦੇਸ਼ ਭਰ ਦੇ ਵਿੱਚ 23 ਮਈ ਨੂੰ ਸ਼ੁਰੂ ਹੋ ਚੁੱਕੀ ਹੈ। ਸਵੇਰੇ 8 ਵਜੇ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸਵੇਰੇ 8 ਵਜੇ ਤੋਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਲੱਗ ਅਲੱਗ ਸੈਂਟਰਾਂ ਦੇ 9 ਹਲਕਿਆਂ ਦੀ ਜਿਹੜੀ ਕਾਊਂਟਿੰਗ ਪ੍ਰਕਿਰਿਆ ਵਾਸਤੇ EVM ਮਸ਼ੀਨਾਂ ਪਿਛਲੇ ਦਿਨਾਂ ਰੱਖੀਆਂ ਗਈਆਂ ਸੀਗੀਆਂ, ਉਹ ਕਾਊਂਟਿੰਗ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ। ਤਸਵੀਰਾਂ ਦੇਖ ਸਕਦੇ ਹੋ। ਇਸ ਸਮੇਂ ਅਸੀਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ PAU ਇਨਡੋਰ ਜਿਮਨੇਜ਼ੀਅਮ ਸਟੇਡੀਅਮ ਦੇ ਸਾਹਮਣੇ ਖੜੇ ਹਾਂ, ਜਿੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇੱਥੇ ਲੁਧਿਆਣਾ ਹਲਕਾ ਵੈਸਟ ਅਤੇ ਲੁਧਿਆਣਾ ਹਲਕਾ ਸੈਂਟਰਲ ਦੇ ਜਿਹੜੀਆਂ EVM ਮਸ਼ੀਨਾਂ ਰੱਖੀਆਂ ਹੋਈਆਂ ਨੇ ਅਤੇ ਉਸਦੀ ਜਿਹੜੀ ਕਾਊਂਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲਗਾਤਾਰ ਜਿਹੜੀ ਹੈਗੀ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਰੁਝਾਨ ਆਉਣੇ ਸਾਹਮਣੇ ਹੋਣਗੇ। ਪਰ ਕੁਛ EVM ਮਸ਼ੀਨਾਂ ਨੂੰ ਲੈ ਕੇ ਕੁਛ ਜਿਹੜੀ ਸ਼ਸ਼ੋਪਨ ਬਣਿਆ ਰਿਹਾ। ਹਲਕਾ ਸੈਂਟਰ ਦੀ ਗੱਲ ਕਰੀਏ ਅਤੇ ਬੂਥ ਨੰਬਰ 53 ਦੇ ਵਿੱਚ EVM ਮਸ਼ੀਨ ਦੇ ਉੱਤੇ ਸੀਲ ਨਹੀਂ ਲੱਗੀ ਹੋਈ ਸੀਗੀ ਅਤੇ ਜਿਹੜੀ ਉਹਦੇ ਨਾਲ VVPAT ਮਸ਼ੀਨ ਸੀਗੀ ਉਹ ਸੀਲ ਸੀਗੀ, ਜਿਸ ਤੋਂ ਬਾਅਦ ARO ਵੱਲੋਂ ਫੈਸਲਾ ਲਿੱਤਾ ਗਿਆ ਕਿ ਇਸ ਬੂਥ ਦੀ ਜਿਹੜੀ ਆ ਸਾਰੀ ਕਾਊਂਟਿੰਗ VVPAT ਮਸ਼ੀਨ ਦੇ ਰਾਹੀਂ ਕੀਤੀ ਜਾਵੇਗੀ। ਅਤੇ ਦੂਜੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਦੇ ਵੱਲੋਂ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ। ਕਿਸੇ ਵੀ ਨੂੰ ਵੀ ਕਾਊਂਟਿੰਗ ਸੈਂਟਰ ਦੇ ਉੱਤੇ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ, ਚਾਹੇ ਉਹ ਮੀਡੀਆ ਪਰਸਨ ਹੈ, ਚਾਹੇ ਕੈਂਡੀਡੇਟ ਦੇ ਏਜੰਟਸ ਨੇ, ਚਾਹੇ ਪੁਲਿਸ ਅਤੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ। ਕਿਸੇ ਨੂੰ ਵੀ ਕਾਊਂਟਿੰਗ ਸੈਂਟਰ ਦੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਮੋਬਾਈਲ ਦੇ ਨਾਲ ਵੀਡੀਓਗ੍ਰਾਫੀ ਦੀ ਇਜਾਜ਼ਤ ਇਸ ਵਾਰ ਜਿਹੜੀ ਹੈਗੀ ਆ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ। ਫਿਲਹਾਲ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਹਾਲੇ ਕੁਛ ਹੀ ਮਿੰਟਾਂ ਦਾ ਸਮਾਂ ਹੋਇਆ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਏ ਅਤੇ ਹਾਲੇ ਰੁਝਾਨ ਆਉਣੇ ਬਾਕੀ ਨੇ। ਕਰੀਬ 9 ਵਜੇ ਦੇ ਕਰੀਬ ਜਿਹੜੇ ਪਹਿਲੇ ਰੁਝਾਨ ਨੇ ਉਹ ਆਉਣੇ ਸ਼ੁਰੂ ਹੋਣਗੇ। ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਤਸਵੀਰ ਕਿਸ ਤਰ੍ਹਾਂ ਉਮੀਦਵਾਰਾਂ ਦੇ ਹੱਕ ਦੇ ਵਿੱਚ ਕਲੀਅਰ ਹੁੰਦੀ ਆ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇਸ ਵਾਰ ਜਿਹੜੀ ਕਾਊਂਟਿੰਗ ਆ VVPAT ਮਸ਼ੀਨਾਂ ਨਾਲ ਹੋਣੀ ਆ, ਇਸ ਬਾਰੇ ਕੁਛ ਸਮਾਂ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਵਾ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ TV, ਲੁਧਿਆਣਾ।